निक्रियोंकार सत्नाम कर्ता पुरख निर्भो निर्वैर अकाल मूर्त अजूनी सैभं गुर प्रसाद जप आद सच जुगाद सच है भी सच नानक होसी भी सच।
ऐसे पेखियां लई दसदे हन के कितनी वड्डी सजा उना लई निरंकार ने रखी है के जेड़े पेख दिखाए जगत को लोगन को बस कीन अंत काल काती कटियो बास नरक में दी पेख ता है साधुआ वाला पेखता है गुरमुखां वाला पर कम कम मन मुखां तो भी पैड़े हैं पेख साधुआं वाला है पर मन विच लोभ है
ਹਾਹੀ ਸੁਰਤ ਮਲੂਕੀ ਵੇਸ਼। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਫਾਈ ਲਾਈ ਬੈਠਾ ਬਈ ਕੋਈ ਫਸੇ ਕੋਈ ਫਸੇ ਆ ਕੇ, ਪਰ ਵੇਸ਼ ਵੇਖੀਏ ਤਾਂ ਬੜਾ ਮਲੂਕੀ ਹੈ, ਬੜਾ ਸਾਧੂਆਂ ਵਾਲਾ ਹੈ, ਬੜਾ ਗੁਰਮੁਖਾਂ ਵਾਲਾ ਵੇਖ ਹੈ। ਇੱਕ ਪੇਖੀ ਸਾਧੂ ਬੈਠਾ ਨਦੀ ਕਿਨਾਰੇ ਤੇ, ਨਾਲ ਇੱਕ ਚੇਲਾ ਵੀ ਬਿਠਾਇਆ। ਕੋਈ ਧਨੀ ਪੁਰਸ਼ ਇਸ਼ਨਾਨ ਕਰਕੇ ਨਦੀ ਤੋਂ ਬਾਹਰ ਆਇਆ, ਵਸਤਰ ਪਾਏ, ਵੇਖਿਆ ਬਈ ਸਾਧੂ ਬੜੀ ਬਿਰਤੀ ਲਾਈ ਬੈਠਾ ਹੈ ਭਗਵਾਨ ਦੇ ਚਰਨਾਂ ਨਾਲ, ਤਾਂ ਉਸਨੇ ਚਾਂਦੀ ਦੇ 5 ਰੁਪਈਏ ਉਸਦੇ ਗਡਵੇ ਵਿੱਚ ਪਾਏ, ਪਾ ਕੇ ਚਲਾ ਗਿਆ। ਬਾਅਦ ਵਿੱਚ ਉਹ ਪੇਖੀ ਸਾਧੂ ਨੇ ਜਦੋਂ ਅੱਖਾਂ ਖੋਲੀਆਂ, ਕਿਉਂਕਿ ਉਸਦੇ ਚੇਲੇ ਨੇ 1 ਰੁਪਈਆ ਵਿੱਚੋਂ ਕੱਢ ਲਿਆ, ਆਪਣੀ ਜੇਬ ਵਿੱਚ ਪਾ ਲਿਆ, ਤੇ ਸਾਧੂ ਨੂੰ 4 ਰੁਪਈਏ ਜਦੋਂ ਦਿੱਤੇ ਨਾ, ਬਈ ਮਹਾਰਾਜ ਇਹ ਹੀ ਆਏ ਹਨ, ਤਾਂ ਕਹਿਣ ਲੱਗਾ ਮਹਾਰਾਜ, ਸਾਧੂ ਕਹਿਣ ਲੱਗਾ ਭਾਈ ਖੜਕਾ 5 ਦਾ ਆਇਆ ਸੀ ਤੇ ਤੂੰ 4 ਕਿਵੇਂ ਦੇ ਰਿਹਾ? ਉਚਾਰਨ ਕਰੋ ਸ੍ਰੀ ਖੜਕਾ 5 ਦਾ ਆਇਆ, ਕਿਉਂਕਿ ਬਿਰਤੀ ਨਹੀਂ ਜੁੜੀ ਹੋਈ। ਸਿਲ ਪੂਜਿਸ ਬਗਲ ਸਮਾਧਨ, ਸਮਾਧੀ ਲਾਈ ਬੈਠਾ ਪਰ ਧਿਆਨ, ਜਿਵੇਂ ਬਗਲਾ ਇੱਕ ਲੱਤ ਤੇ ਖੜੋਤਾ ਹੁੰਦਾ ਪਰ ਧਿਆਨ ਉਹਦਾ ਮੱਛੀ ਵੱਲ ਹੁੰਦਾ, ਕਿ ਮੇਰਾ ਇਤਬਾਰ ਵੀ ਬਣਿਆ ਰਵੇ। ਬਗਲਾ ਕਦੀ ਵੀ ਮੱਛੀ ਜਦੋਂ ਝੁੰਡ ਲੰਘ ਜਾਂਦਾ ਤੇ ਅਖੀਰਲੀ ਮੱਛੀ ਨੂੰ ਪਕੜ ਲੈਂਦਾ, ਬਈ ਮੇਰਾ ਮਾਣ ਤਾਣ ਵੀ ਬਰਿਆ ਰਵੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਇਹ ਸਾਧੂ ਵੀ ਚੇਲੇ ਨੇ ਰੁਪਈਏ ਕੱਢ ਕੇ ਜੇਬ ਵਿੱਚ ਪਾਏ, ਕਿਉਂ ਬਾਈ ਕੋਈ ਰੁਪਈਏ ਆਏ ਸਨ, ਤੇ 4 ਜਦੋਂ ਦੇਣ ਲੱਗਾ ਕਹਿਣ ਲੱਗਾ ਬੇਟਾ ਖੜਕਾ 5 ਕਾ ਆਇਆ ਹੈ ਤੇ ਦੇ 4 ਰਹੇ ਤੂੰ। ਐਸੇ ਸਾਧੂਆਂ ਨੂੰ ਕਬੀਰ ਜੀ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਐਸੇ ਮਨੁੱਖਾਂ ਲਈ ਗੁਰੂ ਕੀ ਬਾਣੀ ਕਹਿ ਰਹੀ ਹੈ, ਗੱਜ 3.5 ਧੋਤੀਆਂ ਤੇਰੇ ਪਾਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਾ ਪੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਮਨ ਵਿੱਚ ਠੱਗੀ ਹੈ, ਪੇਖ ਸਾਧੂਆਂ ਦਾ ਹੈ। ਇਸ ਲਈ ਕਬੀਰ ਜੀ ਕਹਿ ਰਹੇ ਹਨ ਐਸੇ ਸਾਧੂਆਂ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਲੋਗਨ ਰਾਮ ਖਿਲਾਉਣਾ ਜਾਣਾ, ਲੋਗਨ ਰਾਮ ਖਿਲਾਉਣਾ ਜਾਣਾ, ਲੋਗਨ ਰਾਮ ਖਿਲਾਉਣਾ ਜਾਣਾ, ਲੋਗਨ ਰਾਮ ਤਿਲਕ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ, ਲੋਗਨ ਰਾਮ ਖਿਲਾਉਣਾ ਜਾਣਾ।
ਉਹ ਸਮਝਦੇ ਹਨ ਬਈ ਸ਼ਾਇਦ ਭੇਖ ਧਾਰਨ ਕਰਨ ਨਾਲ ਹੀ ਸਾਨੂੰ ਰੱਬ ਦੀ ਪ੍ਰਾਪਤੀ ਹੋ ਜਾਏਗੀ, ਪਰ ਨਿਰੰਕਾਰ ਦੀ ਪ੍ਰਾਪਤੀ ਲਈ ਤਾਂ ਬਾਈ ਕਹੋ ਨਾਨਕ ਇਹ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਿਨਾਂ ਭਜਨ ਤੋਂ, ਬਿਨਾਂ ਮਨ ਕਰਕੇ ਸਿਮਰੇ ਤੋਂ ਕਿਵੇਂ ਪ੍ਰਾਪਤੀ ਹੋ ਸਕਦੀ ਹੈ? ਉਹਨਾਂ ਭੇਖੀ ਸਾਧੂਆਂ ਨਾਲੋਂ ਜਿਹੜੇ ਆਪਣੇ ਭੇਖ ਦਾ ਵੀ ਖਿਆਲ ਨਹੀਂ ਕਰਦੇ, ਪਾਖੰਡ ਬਣਾਈ ਫਿਰਦੇ ਹਨ, ਠੱਗੀਆਂ ਮਾਰ ਰਹੇ ਹਨ, ਉਹਨਾਂ ਨਾਲੋਂ ਤਾਂ ਬਹਿਰੂਪੀਆ ਚੰਗਾ ਹੈ ਕਿ ਬਹਿਰੂਪੀਏ ਨੇ ਸਾਧੂ ਦੇ ਭੇਖ ਨੂੰ ਲੱਜਿਆ ਨਹੀਂ ਲੱਗਣ ਦਿੱਤੀ। ਸਾਡਾ ਮੁੱਖ, ਸਾਡਾ ਚਿਹਰਾ, ਸਾਡਾ ਲਿਬਾਸ ਤਾਂ ਸਾਧੂਆਂ ਗੁਰਮੁਖਾਂ ਸਤਪੁਰਸ਼ਾਂ ਵਾਲਾ ਹੁੰਦਾ, ਪਰ ਅਸੀਂ ਕਦੇ ਆਪਣੇ ਭੇਖ ਦਾ ਵੀ ਖਿਆਲ ਨਹੀਂ ਕਰਦੇ ਬਈ ਇਹ ਭੇਖ ਕਿਹਦਾ ਹੈ ਤੇ ਕਰਮ ਕਿਹੋ ਜਿਹੇ ਕਰ ਰਹੇ। ਇੱਕ ਰਾਜੇ ਦੇ ਪਾਸ ਬਹਿਰੂਪੀਆ ਆਇਆ ਇਨਾਮ ਲੈਣ ਲਈ। ਰਾਜਾ ਕਹਿਣ ਲੱਗਾ, ਭਾਈ ਗੱਲ ਇਹ ਹੈ ਬਈ ਤੂੰ ਇਨਾਮ ਤਾਂ ਲੈ ਹੀ ਜਾਂਦਾ ਕਦੇ ਕੁਝ ਬਣ ਕੇ ਕਦੇ ਕੁਝ ਬਣ ਕੇ, ਪਰ ਪਹਿਚਾਣ ਹੋ ਜਾਂਦੀ ਹੈ ਤੇਰੀ। ਕਦੇ ਕੋਈ ਐਸਾ ਭੇਖ ਬਣਾ ਕਿ ਮੈਂ ਵੀ ਤੈਨੂੰ ਨਾ ਪਹਿਚਾਣ ਸਕਾਂ। ਤਾਂ ਬਹਿਰੂਪੀਏ ਨੇ ਇੱਕ ਸਾਧੂ ਦਾ ਭੇਖ ਧਾਰਨ ਕੀਤਾ ਤੇ ਬੈਠ ਗਿਆ ਰਾਜੇ ਦੇ ਬਾਗ ਵਿੱਚ, ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਗਿਆ। ਕੋਈ ਆਉਂਦਾ ਮਾਇਆ ਰੱਖ ਜਾਂਦਾ, ਮੱਥਾ ਟੇਕ ਜਾਂਦਾ, ਕੋਈ ਚੁੱਕ ਕੇ ਲੈ ਜਾਂਦਾ, ਇਹ ਆਪਣਾ ਚੌਕੜਾ ਲਾਇਆ ਹੋਇਆ ਜੁੜਿਆ ਹੋਇਆ, ਕੋਈ ਬਸਤਰ ਪਾ ਜਾਂਦਾ ਉੱਪਰ, ਕੋਈ ਲਹਾ ਜਾਂਦਾ, ਇਸ ਨੂੰ ਕੋਈ ਸੁਰਤ ਨਹੀਂ। ਕੋਈ ਦੇ ਜਾਂਦਾ, ਕੋਈ ਚੁੱਕ ਜਾਂਦਾ। ਜਦੋਂ ਐਸੀ ਬੈਰਾਗ ਔਰ ਤਿਆਗ ਮੂਰਤੀ ਵੇਖੀ ਤਾਂ ਲੋਕ ਇਕੱਠੇ ਹੋਣ ਲੱਗੇ, ਸਤਸੰਗਤ ਹੋਣ ਲੱਗੀ, ਮਾਈ ਭਾਈ ਆ ਕੇ ਜੁੜਨ ਲੱਗੇ। ਰਾਜੇ ਦੇ ਅਹਿਲਕਾਰਾਂ ਨੂੰ ਪਤਾ ਲੱਗਿਆ ਬਈ ਇੱਕ ਤਿਆਗ ਦੀ ਮੂਰਤ ਮਹਾਂਪੁਰਖ ਬਾਗ ਵਿੱਚ ਆ ਕੇ ਉਤਰੇ ਹਨ, ਜਿਨ੍ਹਾਂ ਨੂੰ ਕੋਈ ਸ਼ੁੱਧ ਨਹੀਂ ਹੈ, ਇੱਕ ਨਿਰੰਕਾਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਤੇ ਰਾਜੇ ਅੱਗੇ ਤਾਰੀਫ ਕੀਤੀ, ਰਾਜਨ ਆਪ ਬੜੇ ਭਾਗਸ਼ੀਲ ਹੋ, ਤੁਹਾਡੇ ਬਾਗ ਵਿੱਚ ਇੱਕ ਐਸਾ ਤਿਆਗ ਦੀ ਮੂਰਤ ਮਹਾਂਪੁਰਖ ਆਇਆ, ਕੋਈ ਕੀਮਤੀ ਵਸਤੂਆਂ ਰੱਖ ਜਾਂਦਾ, ਕੋਈ ਚੁੱਕ ਜਾਂਦਾ, ਉਹਦੇ ਮਨ ਤੇ ਕੋਈ ਪ੍ਰਭਾਵ ਨਹੀਂ ਹੈ। ਚੰਗਾ ਤਾਂ ਹੈ ਆਪ ਵੀ ਚਲੋ ਐਸੇ ਤਿਆਗ ਦੀ ਮੂਰਤ ਦੇ ਦਰਸ਼ਨ ਕਰੋ ਜਾ ਕੇ। ਰਾਜੇ ਦੇ ਮਨ ਵਿੱਚ ਵੀ ਪ੍ਰੇਰਨਾ ਉੱਠੀ, ਚਲੋ ਭਾਈ ਐਸੇ ਮਹਾਂਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਹਨ, ਐਸੇ ਸਾਧੂਆਂ ਦੇ ਚਰਨਾਂ ਦੀ ਤੂੜੀ ਲੈਣੀ ਚਾਹੀਦੀ ਹੈ। ਤਾਂ ਰਾਜਾ ਬੜੇ ਪਿਆਰ ਸ਼ਰਧਾ ਦੇ ਨਾਲ, ਸਿਦਕ ਦੇ ਨਾਲ ਇੱਕ ਥਾਲ ਵਿੱਚ ਹੀਰੇ ਮੋਤੀ ਜਵਾਹਰਾਤ ਪਾ ਲਏ ਤੇ ਇਸ ਸਾਧੂ ਦੇ ਪਾਸ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ। ਆ ਤਿਲ ਫੁੱਲ ਮੇਰਾ ਪ੍ਰਵਾਨ ਕਰੋ, ਮੇਰੇ ਰਾਜ ਵਿੱਚ ਆਪ ਆਏ ਹੋ, ਜੀਵ ਆਇਆ ਜਿਤਨੇ ਕਦਮ ਰੱਖੇ ਮੇਰੇ ਸਿਰ ਮੱਥੇ। ਤਾਂ ਇਸ ਸਾਧੂ ਨੇ ਆਖਿਆ, ਰਾਜਨ ਇਹ ਲੈ ਜਾ, ਇਹ ਪੱਥਰ ਸਾਡੇ ਕਿਸੇ ਕੰਮ ਨਹੀਂ ਹਨ। ਰਾਜੇ ਨੇ ਬੜੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਨੱਕ ਰਗੜੇ, ਭਾਈ ਮਹਾਰਾਜ ਮੇਰਾ ਖਜ਼ਾਨਾ, ਮੇਰਾ ਧਨ ਦੌਲਤ, ਮੇਰਾ ਰਾਜ ਕਿਵੇਂ ਸਫਲ ਹੋਵੇ? ਜੇ ਆਪ ਇਹ ਪ੍ਰਵਾਨ ਕਰ ਲਓ ਤਾਂ ਮੇਰਾ ਸਭ ਕੁਝ ਸਫਲ ਹੋ ਜਾਏਗਾ। ਇਹ ਸਾਧੂ ਕਹਿਣ ਲੱਗਾ, ਰਾਜਨ ਮਹਾਂਪੁਰਖਾਂ ਦਾ ਬਚਨ ਨਹੀਂ ਮੋੜੀਦਾ, ਇਹ ਲੈ ਜਾ, ਇਹ ਪੱਥਰ ਸਾਡੇ ਕਿਸੇ ਕੰਮ ਨਹੀਂ ਹਨ। ਰਾਜੇ ਨੇ ਉਹ ਥਾਲ ਚੁੱਕ ਲਿਆ, ਪ੍ਰਸੰਨਤਾ ਲੈ ਕੇ ਜਦੋਂ ਜਾ ਰਿਹਾ ਸੀ ਰਾਜਾ,
ਤਾਂ ਪਿੱਛੋਂ ਇਸ ਬਹਿ ਰੂਪੀਏ ਨੇ ਸਾਧੂ ਦਾ ਭੇਖ ਉਤਾਰ ਕੇ ਬਸਤਰ ਉਤਾਰ ਕੇ ਆਮ ਬਸਤਰ ਪਹਿਨ ਕੇ ਜਿਵੇਂ ਅੱਗੇ ਪਾਉਂਦਾ ਸੀ ਬਹਿ ਰੂਪੀਆ ਉਸ ਤਰ੍ਹਾਂ ਦੇ ਬਸਤਰ ਪਹਿਨ ਕੇ ਤੇ ਜਾ ਕੇ ਅੱਗੇ ਜਾ ਟਕਰਿਆ ਰਾਜੇ ਨੂੰ ਰਾਜਨ ਮੇਰਾ ਇਨਾਮ ਰਾਜਾ ਹੈਰਾਨ ਹੋ ਗਿਆ ਹੈ ਉਹ ਤੂੰ ਸੈ ਜਿਸਨੇ ਇੱਕ ਤਿਆਗ ਦੀ ਮੂਰਤ ਇੱਕ ਸਾਧੂ ਦੇ ਪਾਠ ਨੂੰ ਅਦਾ ਕੀਤਾ ਉਹ ਤੂੰ ਸੈ ਜੀ ਮਹਾਰਾਜ ਮੈਂ ਹੀ ਸਾਂ ਤੁਸੀਂ ਹੁਕਮ ਕੀਤਾ ਸੀ ਦਾ ਕਿ ਕੋਈ ਐਸਾ ਭੇਖ ਬਣਾ ਜਿਸ ਵਿੱਚ ਮੈਂ ਵੀ ਤੈਨੂੰ ਪਹਿਚਾਣ ਨਾ ਸਕਾਂ ਤਾਂ ਰਾਜਾ ਕਹਿਣ ਲੱਗਾ ਲੱਖਾਂ ਦੇ ਹੀਰੇ ਮੈਂ ਤੈਨੂੰ ਦੇ ਰਿਹਾ ਸਾਂ ਜਵਾਹਰਾਤ ਦੇ ਰਿਹਾ ਸਾਂ ਤੂੰ ਲੈ ਜਾਂਦੋ ਤੇਰੀਆਂ ਸੱਤ ਪੁਸ਼ਤਾਂ ਤੱਕ ਇਹ ਧਨ ਨਹੀਂ ਸੀ ਮੁੱਕਦਾ ਤੇ ਤੂੰ ਇਹ ਛੱਡ ਕੇ ਤੇ ਇਨਾਮ ਬਖਸ਼ਿਸ਼ ਮੰਗ ਰਿਹਾ ਤਾਂ ਬਹਿ ਰੂਪੀਏ ਦੀਆਂ ਅੱਖਾਂ ਭਰ ਆਈਆਂ ਕਹਿਣ ਲੱਗਾ ਰਾਜਨ ਅੱਜ ਅਗਰ ਮੈਂ ਸਾਧੂ ਦੇ ਭੇਖ ਵਿੱਚ ਇੱਕ ਤਿਆਗੀ ਬੈਰਾਗੀ ਦੇ ਭੇਖ ਵਿੱਚ ਅਗਰ ਮੈਂ ਤੇਰੇ ਪਾਸੋਂ ਪੇਟਾ ਲੈ ਲੈਂਦਾ ਨਾ ਤਾਂ ਸਾਰੇ ਸਾਧੂ ਸਮਾਜ ਨੂੰ ਕਲੰਕ ਲੱਗ ਜਾਣਾ ਸੀ ਉਚਾਰਨ ਕਰੋ ਸ੍ਰੀ ਵਾਹਿਗੁਰੂ ਲੋਕਾਂ ਨੇ ਕਹਿਣਾ ਸੀ ਬਈ ਸਾਰੇ ਸਾਧੂ ਹੀ ਪਖੰਡੀ ਹੁੰਦੇ ਆ ਤੋ ਐਸੇ ਵੀ ਮਹਾਂਪੁਰਖ ਸੰਸਾਰ ਤੇ ਐਸੇ ਵੀ ਹਨ ਜਿਹੜੇ ਭੇਖ ਦੀ ਲੱਜਿਆ ਰੱਖਦੇ ਹਨ ਭੇਖ ਦਾ ਖਿਆਲ ਰੱਖਦੇ ਹਨ ਕਿ ਕੋਈ ਮੇਰੇ ਗੁਰੂ ਵੱਲ ਕੋਈ ਮੇਰੇ ਭੇਖ ਵੱਲ ਉਂਗਲੀ ਨਾ ਕਰੇ ਤੋ ਉਹਨਾਂ ਪਖੰਡੀ ਸਾਧੂਆਂ ਤੋਂ ਤਾਂ ਬਹਿ ਰੂਪੀਆ ਚੰਗਾ ਹੈ ਮਹਾਂਪੁਰਖ ਕਿਆ ਕਰਦੇ ਸਨ ਗੁਰਮੁਖੋ ਗੁਰਸਿੱਖੋ ਭੇਖ ਗੁਰਸਿੱਖ ਦਾ ਹੋਵੇ ਤੇ ਕੰਮ ਸਾਡੇ ਮਾੜੇ ਹੋਣ ਭੇਖ ਗੁਰੂ ਕੇ ਸਿੱਖ ਦਾ ਹੋਵੇ ਅਸੀਂ ਬਾਣੀ ਨਾਲ ਪਿਆਰ ਨਾ ਕਰੀਏ ਅੰਮ੍ਰਿਤ ਵੇਲੇ ਜਾਗ ਕੇ ਨਿਤ ਨੇਮ ਨਾ ਕਰੀਏ ਤਾਂ ਕਾਹਦੇ ਸਿੱਖ ਭੇਖ ਸਾਡਾ ਸਿੱਖੀ ਵਾਲਾ ਹੋਵੇ ਸਾਧੂਆਂ ਵਾਲਾ ਹੋਵੇ ਤੇ ਵਿਹਾਰ ਸਾਡੇ ਸਾਕਤ ਪੁਰਸ਼ਾਂ ਨਾਲੋਂ ਵੀ ਭੈੜੇ ਹੋਣ ਤਾਂ ਫਿਰ ਭੇਖ ਨੂੰ ਵੀ ਲੱਜਿਆ ਲੱਗਦੀ ਹੈ ਗੁਰੂ ਨੂੰ ਵੀ ਉਂਗਲੀਆਂ ਕਰਦੇ ਹਨ ਲੋਕ ਬਈ ਵੇਖੋ ਫਲਾਣੇ ਦਾ ਸਿੱਖ ਫਲਾਣੇ ਗੁਰੂ ਦਾ ਸਿੱਖ ਹੈ ਤੇ ਕਰਮ ਇਹ ਕਰ ਰਿਹਾ ਸੀ ਇਸ ਲਈ ਮਹਾਰਾਜ ਕਬੀਰ ਜੀ ਦਾ ਸ਼ਬਦ ਤੁਸੀਂ ਸ਼ਰਵਣ ਕਰ ਰਹੇ ਸੀ ਕਿ ਲੋਕ ਕਹੇ ਕਬੀਰ ਬੌਰਾਨਾ ਲੋਕ ਕਹਿੰਦੇ ਨੇ ਬਾਵਰਾ ਹੋ ਗਿਆ ਇਹ ਪਾਗਲ ਹੀ ਹੋ ਗਿਆ ਪਤਾ ਨਹੀਂ ਕਿਉਂਕਿ ਮੈਂ ਪਖੰਡ ਨਹੀਂ ਕਰ ਸਕਦਾ ਮੈਂ ਕਦੇ ਵੀ ਪਖੰਡ ਦੀ ਪੂਜਾ ਨਹੀਂ ਕਰ ਸਕਦਾ ਆਪ ਪਖੰਡ ਨਹੀਂ ਕਰ ਸਕਦਾ ਇਹ ਤਾਂ ਮੇਰਾ ਨਿਰੰਕਾਰ ਜਾਣਦਾ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ ਕਿ ਕਬੀਰ ਤਾਂ ਇੱਕ ਨਾਮ ਦੇ ਨਾਲ ਇੱਕ ਸਿਮਰਨ ਦੇ ਨਾਲ ਜੁੜਿਆ ਹੋਇਆ ਲੋਕ ਕਹੇ ਕਬੀਰ ਬੌਰਾਨਾ ਬੌਰਾਨਾ ਕਹਿੰਦੇ ਹਨ ਬਾਵਲੇ ਨੂੰ ਪਾਗਲ ਹੰਕਾਰੀ ਪੰਡਿਆਂ ਨੇ ਜਦੋਂ ਆ ਕੇ ਆਖਿਆ ਨਾ ਕਬੀਰ ਨੂੰ ਕਿ ਤੂੰ ਨਾ ਕੁਝ ਪੜਿਆ ਨਾ ਲਿਖਿਆ ਤੂੰ ਤਾਂ ਬੌਰਾਨਾ ਹੀ ਹੋ ਗਿਆ ਤਾਂ ਕਬੀਰ ਜੀ ਕਹਿੰਦੇ ਹਨ ਸਭ ਖਲਕ ਸਿਆਣੀ ਮੈਂ ਬੌਰਾ ਹੀ ਸਹੀ ਮੈਂ ਅਨਪੜ੍ਹ ਹੀ ਸਹੀ ਮੈਂ ਇਹੋ ਜਿਹੀ ਵਿਦਿਆ ਨਹੀਂ ਪੜ੍ਹਨੀ ਜਿਹਦੇ ਨਾਲ ਮੈਂ ਆਪਣੇ ਗੁਰੂ ਨੂੰ ਆਪਣੇ ਪਰਮੇਸ਼ਰ ਨੂੰ ਵੀ ਕੋਸਦਾ ਰਵਾਂ ਬਈ ਇਹ ਗੱਲ ਠੀਕ ਹੈ ਤੇ ਇਹ ਠੀਕ ਨਹੀਂ ਕਈ ਐਸੇ ਵੀ ਮਨੁੱਖ ਹਨ ਜਿਹੜੇ ਗੁਰੂ ਕੀ ਬਾਣੀ ਤੇ ਵੀ ਤਰਕ ਕਰਦੇ ਹਨ ਪਰ ਯਾਦ ਰੱਖੋ ਜਿਹੜਾ ਗੁਰੂ ਦੀ ਬਾਣੀ ਤੇ ਕਿੰਤੂ ਕਰ ਰਿਹਾ ਉਹ ਕਦੇ ਸਿੱਖ ਨਹੀਂ ਅਖਾ ਸਕਦਾ ਸਿੱਖੀ ਦਾ ਸਰੂਪ ਜ਼ਰੂਰ ਹੈ ਪਰ ਸਿੱਖਾਂ ਵਾਲੇ ਕਰਮ ਨਹੀਂ ਹਨ ਇਸ ਲਈ ਮਹਾਰਾਜ ਕਹਿ ਰਹੇ ਹਨ ਮਾਥੇ ਤਿਲਕ ਹੱਥ ਮਾਲਾ ਪਾਣਾ ਲੋਗਨ ਰਾਮ ਖਿਲੋ ਤਿਲਕ ਹੱਥ ਮਾਲਾ ਪਾਣਾ ਲੋਗਨ ਰਾਮ ਖਿਲੋ ਨਾ ਜਾ ਲੋਗਨ ਰਾਮ ਖਿਲੋ ਨਾ ਜਾ
पाना लोग निराम खिलो ना जाना माते तिलक रत माला पाना लोग निराम खिलो हंकारी पंडिया ने आके कबीर जी दे पास आ केरिया कबीर जी नू कहन लगे तू कोई चार अखर पढ़ ले तेनू पता लगे की सच है ते की झूठ है। एक ता तू जाति दा जुलाया है ते दूसरा तेनू आउंदा कख नहीं चार अखर साडे कोलो पढ़े ता तेनू पता लगे पावरा ही हो गए। कबीर जी कहते हैं कि विद्या नहीं पढ़ो बाद नहीं जानो हर गुण कथत सुनत बौराना। मैं तो उस प्रभु दे नाम जप के ही मैं बौरा होया होया बाबा मैं बौरा सब खलक सियाणी सारी खलकत सियाणी है मैं बावरा ही चंगा हाँ क्योंकि मैं आपे तो बौरा नहीं ना होया आप ना बौरा
राम की ओ बोरा उदे नाम ने मैनू बोरा कर दिता है। आप न बोरा राम की ओ बोरा, आप न बोरा राम की ओ बोरा, आप न बोरा राम की ओ बोरा, आप न बोरा राम की ओ बोरा। सतगुर जार गयो भ्रम मोरा, सतगुर जार गयो भ्रम मोरा, आप न बोरा राम की ओ बोरा, आप न बोरा कर दे। जे मैं बिगड़ गया ता दुहाई जे रब दी, तुसी ना किते बिगड़ जाना जिवें मैं बिगड़िया। बिगड़ियो कबीरा राम दुहाई। कबीर जी कहंदे ना, मैं बिगड़े अपनी मत खोई, जे मैं बिगड़ भी गया ता मैं अपना आप गुरु दे अर्पण कर दिता है, मैं अपनी होमै नू गुआ दिता है, मैं अपना तन मन धन सब कुछ गुरु दे अर्पण कर दिता है। ते जेड़े गुरु दे अर्पण कर देंदे हन ओ जीवन मुक्त हन। जेड़े तन मन धन गुरु दे अर्पण कर देंदे हन ओ जन्म मरण तो रहत हो जांदे हन। साहिब कलगीधर पातशाह जी दे पास एक सन्यासियां दी जमात आई, जिन्हां ने सन्यास धारण किया होया सी। महाराज सच्चे पातशाह हर धर्म का बड़ा सत्कार करते सन, कोई भी किसी भी धर्म का आ जाए उन्हूं बड़ा आदर दिया करते सन, बड़े आदर दे नाल बिठाया। ते जदों विचार होने लगी ता सन्यासी कहन लगे, महाराज तुसी कहंदे हो मेरे सिख जीवन मुक्त हन, जितने तक घर बार नहीं त्या गया, ग्रस्त नहीं छड़िया, पहाड़ां दियां कंदरां विच जाके कष्ट नहीं सहारे, तपस्या नहीं कीती, उतने तक किवें मुक्त हो सकदे हन? मुक्त होण लई तां फेक तारना पवेगा, सन्यास तारना पवेगा, जगत वल पिठ देनी पवेगी। धन गुरु गोबिंद सिंह सच्चे पातशाह कहन लगे, मेरे सिख जीवन मुक्त ही हन, मैं जो कहे सच कहे। जिसने भी अपना तन मन धन गुरु दे अर्पण कर दिता है ना, वो जन्म मरण तो रहत हो गया है, उदा कोई लेखा नहीं, कोई हिसाब नहीं। जिनको कृपा करी जग जीवन हर उड़तारियो मन मांझा, धर्म राय दर कागज फारे जन नानक लेखा समझा। उन्हां दा लेखा कादा, ओ तां जन्म मरण तो रहत हो गए। जिन्हां नूं गुरु दे दर दी सेवा मिल गई, सिमरन मिल गया, मैं जुग जुग दे है सेवड़ी, गुरु कट्टी मेहंदी जेवरी, उन्हां दी जेवरी कट्टी जांदी है,
जिन्हां ने अपना तन मन धन गुरु दे अर्पण किया। महाराज ओ किवें है तां गुरु के लाल, गुरु के सिख, गुरु का लंगर लिया रहे हैं अपनी किरत कमाई नूं सफल करन लई। कहन लगे मेरे सिख ने आ तन भी गुरु दे अर्पण कर दिता है। गुरु के सिख मन करके गुरु दे चरणा विच जुड़ के कीर्तन दी भक्ति प्रधान भक्ति विच लिवलीन होए होए हन, तां धन गुरु गोबिंद सिंह सच्चे पातशाह कहन लगे सन्यासियो मेरे सिख ने अपना मन भी गुरु दे अर्पण कर दिता है। ते जदों देश कौम लई धर्म लई इन्हां दे तन दी लोड़ पै जावे तां इक दूए तो अगे भजदे हन कि मेरा नंबर पहले लग जावे। इसलिए मेरे सिख जीवन मुक्त हैं, ये गुरु दे आश्रे ते रहिंदे हन हर वेले उसका निर्मल भाव पाओ प्यार मन विच वसाई बैठे हैं। हजूर कहन लगे सन्यासियां नूं भई तुसी घर भी त्यागिया, ग्रस्त भी त्यागिया, संसार भी त्यागिया, ते तुहानू भरोसा है कि निरंकार देवेगा ते खावांगे, क्योंकि रब दे प्यारे तां दरबार उपर खर्च मंगे जबै दे तां खाए। साधु दा बैरागी दा जो जीवन है वो पंछी वांगू हुंदा है, पल्ले रिजक ना बन दे पंछी ते दरवेश, जिन्ना तपका रब दा तिन्ना रिजक हमेश। सन्यासी बैरागी तां पंछी दी न्याई हुंदे हन, ते तुहानू भरोसा है कि निरंकार देवेगा, खे जी सानू भरोसा है। तां अंतर जामी सतगुरु कहन लगे फिर तुसी अशरफियां तन दौलत नाल क्यों लई फिरदे हो। अंतर जामी सतगुरु जी ने जदों ये बचन कीता तां मुख तो रंग उड़ गया उन्हां दा, ये तां अंतर जामी हन। सिख नूं आखिया भई इस जोगी दी इस सन्यासी दी चिप्पी दे थलों वेखो की लग्या होया। चिप्पी दे तले लाख लाई हुई सी, उस लाख नूं गर्म करके सोने दियां मोहरां चमोड़ियां हुईयां सी, भई जदों लोड़ पवे गर्म करके लाख वो सोने दी मोर कड्डी ते बाहर बाजार जाके कोई सौदा ले आंदा। उचारण करो श्री वाहिगुरु। महाराज धन गुरु गोबिंद सिंह सच्चे पातशाह कहन लगे गुरु के सिख नूं भई इसकी गोदड़ी भी उधेड़ जिस गोदड़ी ते ए बैठा है। जदों उसकी गोदड़ी उधेड़ी गई तां उहदे विच्चों भी सोने दियां अशरफियां निकलियां, धन निकलिया। महाराज धन गुरु गोबिंद सिंह सच्चे पातशाह कहन लगे सन्यासियो हुण दसो भई असली सन्यास मेरे सिख धारण कीती बैठे हन जां तुसी धारण कीती बैठे हो। तुहानू तां प्रतीत ही नहीं कि निरंकार रोजी देवेगा, ओ निरंकार गोबिंद तां के पीछे फिरे मत भूखा रह जाए। जेड़े उदे आश्रे ते सिमरन सेवा विच लगे हुए हन उन्हां दे तां मगर मगर निरंकार फेरी रहा भई मते मेरा भगत भुखा ना रह जाए, ते तुसी धन दौलत नाल चक्की फिर दिओ आ मेरे सिख वेखो। कई कई दिन लंगर ना आवे तां दातना चब के भी उस निरंकार दा लख लख शुक्र करदे हन। कदे इन्हां ने जतन नहीं कीता भई कोई पदार्थ नहीं आया चलो चलिए, नहीं दातना चबा के भी लख लख शुक्र करदे हन। महाराज जी ने शब्द उच्चारण किया रे मन ऐसो कर सन्यासा, बन से सदन सबह कर समझो मन ही माहे उदासा। संसार विच रहंदियां ग्रस्त विच विचरदियां संसार दे सुखां तो ऊपर रहना है, जिवें कबल फुल अपनी खुराक का जल तो लैंदा है पर जल विच लुक नहीं जाता, जल तो नरलेप है। इसे तरह जो मनुख अपने मालिक नूं अपने गुरु नूं अपने ईश्वर नूं त्यौंदा है ओ जिन तू जाता सो ग्रस्त उदासी परवान, जिहड़ा अमृत वेले जागदा है ए जोग कमाउणा है।
ਇਹ ਯੋਗ ਤਪੱਸਿਆ ਹੈ ਅੰਮ੍ਰਿਤ ਵੇਲੇ ਜਾਗਣਾ। ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕਰਦੇ ਹਨ, ਆਪਣੇ ਮਾਲਕ ਦੇ ਗੁਣ ਗਾਉਂਦੇ ਹਨ, ਉਹ ਚਾਹੇ ਗ੍ਰਸਤੀ ਹਨ, ਚਾਹੇ ਉਦਾਸੀਨ ਹਨ, ਚਾਹੇ ਕਿਸੇ ਵੀ ਮਤ ਦੇ ਹਨ, ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਜੇ ਭੇਖ ਹੋਵੇ ਸਾਧੂਆਂ ਵਾਲਾ, ਅੰਮ੍ਰਿਤ ਵੇਲਾ ਸੌਂ ਕੇ ਬਿਤਾ ਦਿੱਤਾ ਹੈ। ਦਿਨ ਵਿੱਚ ਸੋਚਦਾ ਫਿਰਦਾ, ਨਿਉਂਦਾ ਫਿਰਦਾ, ਬਈ ਮੈਂ ਬੜਾ ਨਿਮਰਤਾ ਦਾ ਪੁੰਜ ਹਾਂ, ਅੰਦਰ ਪਿਆਰ ਨਹੀਂ ਹੈ, ਮਨ ਨਹੀਂ ਪ੍ਰੀਤ, ਮੁੱਖੋਂ ਗੰਢ ਲਾਵਤ। ਮਹਾਰਾਜ ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ, ਕਿਉਂਕਿ ਜਦੋਂ ਸ਼ਿਕਾਰੀ ਸ਼ਿਕਾਰ ਕਰਦਾ ਤਾਂ ਬੜਾ ਹੀ ਨੀਵਾਂ ਹੋ ਜਾਂਦਾ, ਬਈ ਸ਼ਿਕਾਰ ਮਤੇ ਮੇਰੇ ਵੱਲ ਵੇਖ ਨਾ ਲਵੇ, ਜੇ ਮਨ ਵਿੱਚ ਪਿਆਰ ਨਹੀਂ, ਦਿਲੋਂ ਨਿਮਰਤਾ ਨਹੀਂ ਆਈ ਤਾਂ ਤੇਰਾ ਝੁਕਣਾ ਉਸ ਅਪਰਾਧੀ ਦੀ ਤਰ੍ਹਾਂ ਹੈ ਜਿਹੜਾ ਕਿਸੇ ਨੂੰ ਮਾਰਨ ਲਈ ਨੀਵਾਂ ਹੋ ਰਿਹਾ। ਅਪਰਾਧੀ ਦੂਣਾ ਨਿਵੇਂ ਜਿਉਂ ਹੰਤਾ ਮਿਰਗਾਏ, ਸ਼ੀਸ਼ ਨਿਵਾਈਏ ਕਿਆ ਥੀਏ ਜਾਂ ਹਿਰਦੇ ਕਸੁੱਧਾ ਜਾਏ। ਮਹਾਰਾਜ ਕਹਿੰਦੇ ਹਨ ਹੁਣ ਸੀਸ ਚੁਕਾਉਣ ਨਾਲ ਕੀ ਬਣੇਗਾ, ਜੇ ਤੇਰੇ ਹਿਰਦੇ ਦੀ ਮੈਲੀ ਨਹੀਂ ਖਤਮ ਹੋਈ, ਤੇਰਾ ਹਿਰਦਾ ਹੀ ਸ਼ੁੱਧ ਨਹੀਂ ਹੋਇਆ, ਇਸ ਲਈ ਉਹ ਕਦੇ ਵੀ ਗੁਰੂ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ। ਤਾਂ ਸਾਰਿਆਂ ਸੰਨਿਆਸੀਆਂ ਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਸ਼ੁਭ ਉਪਦੇਸ਼ ਲਿਆ ਕਿ ਵਾਕਿਆ ਹੀ ਘਰ ਬਾਰ ਤਿਆਗਿਆ, ਸੰਸਾਰ ਛੱਡਿਆ ਤੇ ਨਿਰੰਕਾਰ ਰੋਜੀ ਕਿਉਂ ਨਾ ਦੇਵੇਗਾ। ਉਹ ਜ਼ਰੂਰ ਦਿੰਦਾ, ਕਿਉਂਕਿ ਰੱਬ ਦੇ ਪਿਆਰੇ ਜੇ ਉਹਦੇ ਆਸਰੇ ਤੇ ਖੜੋ ਜਾਣ ਤਾਂ ਸਭ ਕੁਛ ਮਿਲਦਾ। ਇਸ ਲਈ ਮਹਾਰਾਜ ਕਹਿੰਦੇ ਹਨ, ਕਬੀਰ ਜੀ ਕਹਿੰਦੇ ਨਾ, ਬਈ ਜਿਵੇਂ ਮੈਂ ਵਿਗੜਿਆ ਨਾ, ਰੱਬ ਕਰੇ ਕੋਈ ਨਾ ਵਿਗੜੇ, ਕਿਉਂਕਿ ਮੈਨੂੰ ਤਾਂ ਰਾਮ ਨੇ ਵਿਗਾੜਿਆ, ਉਹਦਾ ਜਸ ਸੁਣਿਆ ਤੇ ਸਭ ਕੁਛ ਮੇਰੇ ਪਾਸੋਂ ਛੁੱਟ ਗਿਆ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਤਾਂ ਮੁੱਲ ਲੈ ਲਿਆ, ਜਦੋਂ ਦਾ ਆਪਾ ਗਵਾਇਆ ਰਾਮ ਮੇਰਾ ਹੋ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੁਸੀਂ ਜੋ ਕਹਿਣਾ ਬੇਸ਼ੱਕ ਕਹੀ ਜਾਓ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਲੋਕ ਕਹੇ ਕਬੀਰ ਪੁਰਾਣਾ, ਕਬੀਰ ਕੋ ਮਰਮ ਰਾਮ ਪਹਿਚਾਨਾ। ਲੋਕ ਕਹੇ ਕਬੀਰ ਪੁਰਾਣਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਮਾਥੇ ਤਿਲਕ ਰਖ ਮਾਲਾ ਬਾਨਾ, ਲੋਕ ਨਿਰਾਮ ਖਿਲੋਨਾ ਜਾਨਾ। ਮਾਥੇ ਤਿਲਕ ਰਖ ਮਾਲਾ ਬਾਨਾ, ਲੋਕ ਨਿਰਾਮ ਖਿਲੋ ਖਿਲਾਉਣਾ ਜਾਣ। ਜਦੋਂ ਪੀੜਾ ਬਣਦੀ ਹੈ ਨਾ ਕੋਈ, ਤੇ ਅਰਦਾਸਾਂ ਕਰਦਾ ਹੈ, ਹੇ ਵਾਹਿਗੁਰੂ, ਹੇ ਨਿਰੰਕਾਰ, ਮੈਨੂੰ ਇਸ ਭੌਜਲ ਤੋਂ ਬਚਾ, ਮੈਂ ਤੇਰੇ ਲਈ ਆਹ ਕਰਾਂਗਾ, ਮੈਂ ਲੰਗਰ ਕਰਾਵਾਂਗਾ, ਮੈਂ ਪਾਠ ਕਰਾਵਾਂਗਾ, ਆਹ ਕਰਾਵਾਂਗਾ, ਉਹ ਕਰਾਵਾਂਗਾ। ਤੇ ਜਦੋਂ ਕਾਰਜ ਹੋ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਇੱਕ ਬੰਦਾ ਖਜੂਰ ਤੇ ਚੜ੍ਹ ਗਿਆ ਖਜੂਰਾਂ ਖਾਣ ਲਈ, ਕਿਉਂਕਿ ਖਜੂਰ ਤੇ ਚੜ੍ਹਦਾ ਬੜੀ ਸੌਖੀ ਹੈ, ਬੰਦਾ ਬੜੇ ਆਰਾਮ ਨਾਲ ਚੜ੍ਹ ਜਾਂਦਾ। ਜਦੋਂ ਚੜ੍ਹ ਗਿਆ ਖਜੂਰਾਂ ਤਾਂ ਰੱਜ ਕੇ ਖਾ ਲਈਆਂ, ਤੇ ਜਦੋਂ ਥੱਲਿਓਂ ਵੇਖਿਆ ਤਾਂ ਮੌਤ ਨਜ਼ਰ ਆਈ।
ਬਈ ਹੁਣ ਉਤਰਾਂਗਾ ਕਿਵੇਂ ਕਿਵੇਂ ਉਤਰਾਂਗਾ। ਅਰਦਾਸ ਕੀਤੀ ਹੈ ਭਗਵਾਨ ਹੇ ਈਸ਼ਵਰ ਜੇ ਅੱਜ ਬਚਾ ਦੇਵੇਂ ਨਾ ਤਾਂ ਮੈਂ 100 ਧੋਤੀ ਮੰਦਰ ਵਿੱਚ ਜਾ ਕੇ ਸਾਧੂਆਂ ਲਈ ਦਾਨ ਕਰਕੇ ਆਵਾਂਗਾ। ਅੱਜ ਮੇਰੀ ਰੱਖਿਆ ਕਰ ਜਿਵੇਂ ਹੁੰਦਾ ਕਰ। ਇੱਕ 100 ਧੋਤੀ ਮੈਂ ਮੰਦਰ ਵਿੱਚ ਦੇ ਆਵਾਂਗਾ ਸਾਧੂਆਂ ਲਈ। ਤੇ ਡਰਦਾ ਡਰਦਾ ਉਤਰਿਆ ਜਦੋਂ ਅੱਧਾ ਕੁ ਉਤਰ ਆਇਆ ਨਾ ਜਦੋਂ ਤੇ ਮਨ ਵਿੱਚ ਸੋਚਿਆ ਬਈ ਭਗਵਾਨ ਨੇ ਕੋਈ ਹੱਡੀ ਕੱਢਣੀ ਹੈ ਧੋਤੀਆਂ ਦੀ। 50 ਧੋਤੀਆਂ ਥੋੜੀਆਂ ਨੇ, 50 ਇੱਕ ਦੇ ਦਿਆਂਗੇ। ਜਦੋਂ ਥੋੜਾ ਜਿਹਾ ਹੋਰ ਉਤਰਿਆ ਤਾਂ 25 ਤੇ ਆ ਗਿਆ, ਹੋਰ ਥੋੜਾ ਜਿਹਾ ਉਤਰਿਆ ਤਾਂ 10 ਤੇ ਆ ਗਿਆ। ਬਈ ਭਗਵਾਨ ਦੀ ਭੇਟਾ ਹੀ ਕਰਨੀ ਹੈ, ਕੋਈ ਗਿਣਤੀ ਮਿਣਤੀ ਥੋੜੀ ਹੈ। ਭਗਵਾਨ ਨੂੰ ਜੋ ਦੇਣਾ ਸ਼ਰਧਾ ਨਾਲ ਦੇਣਾ ਨਾ। ਤੇ ਜਦੋਂ 5 ਧੋਤੀਆਂ ਤੇ ਆ ਗਿਆ ਨਾ, ਪੈਰ ਅਟਕਿਆ, ਥਿੜਕਿਆ ਪੈਰ ਤੇ ਥੱਲੇ ਆਣ ਪਿਆ, ਗਿੱਟੇ ਗੋਡੇ ਭੱਜੇ ਜਦੋਂ ਤਾਂ ਕਹਿਣ ਲੱਗਾ, ਹੇ ਭਗਵਾਨ ਮੈਂ ਤਾਂ ਮਖੌਲ ਕਰ ਰਿਹਾ ਸਾਂ ਤੈਨੂੰ, ਤੂੰ ਮਖੌਲ ਨੂੰ ਹੀ ਨਹੀਂ ਸਮਝਦਾ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਲੋਕਾਂ ਦੇ ਐਸੇ ਮਨ ਹਨ ਕਿ ਜਦੋਂ ਆਸਾ ਮਨਸਾ ਪੂਰੀ ਹੋ ਜਾਏ, ਮੰਨਤ ਪੂਰੀ ਹੋ ਜਾਏ, ਸੁਖਨਾ ਪੂਰੀ ਹੋ ਜਾਏ, ਫਿਰ ਤੂੰ ਕੌਣ ਤੇ ਮੈਂ ਕੌਣ ਭੁੱਲ ਜਾਂਦੇ ਹਾਂ। ਇੱਕ ਮਨੁੱਖ ਦੀ ਕੱਟੀ ਗੁਆਚ ਗਈ ਤੇ ਲੱਭਣ ਤੁਰਿਆ, ਜਿਹੜਾ ਮੰਦਰ ਆਉਂਦਾ, ਜਿਹੜਾ ਗੁਰਦੁਆਰਾ ਆਉਂਦਾ, 100 ਰੁਪਈਏ ਦਾ ਪ੍ਰਸਾਦ ਮੰਨੀ ਆਵੇ ਤੇ ਨਾਲ ਉਸਦਾ ਬੇਟਾ ਸੀ। ਸੁਖਨਾ ਮੰਨਦਿਆਂ ਮੰਨਦਿਆਂ ਕਾਫੀ ਦੂਰ ਨਿਕਲ ਗਏ, ਕੱਟੀ ਤਾਂ ਨਹੀਂ ਲੱਭੀ ਤੇ ਉਹ ਬੱਚਾ ਕਹਿਣ ਲੱਗਾ, ਪਿਤਾ ਜੀ ਬਈ ਕੱਟੀ ਤਾਂ ਸਾਰੀ 3 ਰੁਪਈਆਂ ਦੀ ਹੈ ਤੇ ਤੁਸੀਂ ਅਰਦਾਸ ਜਿਹੜੀ ਸੁਖਨਾ ਸੁਖੀਆਂ ਨੇ ਉਹ ਤਾਂ 12.5 ਰੁਪਈਏ ਬਣਦੇ ਹਨ, ਏਡੀਆਂ ਸੁਖਨਾ ਸੁਖ ਲਈਆਂ। ਤੇ ਆਪਣੇ ਬੇਟੇ ਨੂੰ ਕਹਿਣ ਲੱਗਾ, ਬਈ ਇੱਕ ਵਾਰੀ ਕੱਟੀ ਦੇ ਕੰਨ ਮੇਰੇ ਹੱਥ ਵਿੱਚ ਆਣ ਦੇ, ਫਿਰ ਮੈਂ ਵੇਖਣਾ ਕਿਹੜਾ ਮੇਰੇ ਕੋਲੋਂ ਕੁਝ ਲੈਂਦਾ। ਉਚਾਰਨ ਕਰੋ ਸ੍ਰੀ ਲੋਗਨ ਰਾਮ ਖਿਲੌਣਾ ਜਾਣਾ। ਲੋਕੀ ਸਮਝਦੇ ਹਨ ਬਈ ਰਾਮ ਤਾਂ ਐਵੇਂ ਵਿਹਲਾ ਹੀ ਹੈ, ਜਦੋਂ ਮਰਜ਼ੀ ਹੈ ਜਾ ਕੇ ਕੁਝ ਮੰਗ ਲਿਆ ਲੈ ਆਂਦਾ, ਤੇ ਫਿਰ ਜਦੋਂ ਅਸੀਂ ਕੁਝ ਥੋੜਾ ਬਹੁਤ ਵੀ ਭਗਵਾਨ ਦੇ ਅੱਗੇ ਰੱਖਦੇ ਹਾਂ ਤੇ 1000 ਗੁਣਾ ਮੰਗ ਲੈਂਦੇ ਹਾਂ। ਮਹਾਰਾਜ ਆਪ ਕਹਿ ਰਹੇ ਹਨ, ਦੇ ਮੰਗੈ ਸੈ ਸੈ ਗੁਣਾ, 1% ਦੇ ਕੇ 1000 ਗੁਣਾ ਗੁਰੂ ਕੋਲੋਂ ਮੰਗ ਲੈਣਾ, ਤੇ ਫਿਰ ਜਦੋਂ ਨਹੀਂ ਮਿਲਿਆ ਨਾ ਤਾਂ ਹੁਣ ਇਹ ਗੁਰੂ ਪੁਰਾਣਾ ਹੀ ਹੋ ਗਿਆ, ਹੁਣ ਇਹ ਗੁਰੂ ਕੁਝ ਹੋਰ ਹੀ ਹੋ ਗਿਆ, ਚਲੋ ਕੋਈ ਨਵਾਂ ਗੁਰੂ ਧਾਰਨ ਕਰੀਏ। ਥੋੜਾ ਜਿਹਾ ਪ੍ਰਭੂ ਅੱਗੇ ਰੱਖ ਕੇ ਤੇ ਫਿਰ 1000 ਗੁਣਾ ਪਦਾਰਥ ਮੰਗ ਰਿਹਾ ਤੇ ਨਾਲੇ ਇਸ ਦੇ ਕੰਨ ਵੀ ਤਰਸ ਰਹੇ ਹਨ, ਬਈ ਸ਼ੋਭ ਕਰੇ ਸੰਸਾਰ, ਸੰਸਾਰ ਮੇਰੀ ਸ਼ੋਭਾ ਵੀ ਕਰੇ, ਬਈ ਬੜਾ ਦਾਨੀ ਹੈ, ਬੜਾ ਦਾਤਾ ਹੈ। ਦੇ ਮੰਗਿਆ ਸਹਿ ਸਹਿ ਗੁਣਾ, ਸੋਭ ਕਰੇ ਸੰਸਾਰਾ, ਸੰਸਾਰ। ਤੋ ਇਸ ਲਈ ਮਹਾਰਾਜ ਕਹਿੰਦੇ ਨੇ, ਐਸੇ ਮਨੁੱਖ ਕਦੇ ਉਹਦੇ ਦਰ ਤੇ ਪ੍ਰਵਾਨ ਨਹੀਂ ਹੋਏ, ਐਸੇ ਸਵਾਰਥੀ ਲੋਕ ਕਦੇ ਗੁਰੂ ਨੂੰ ਚੰਗੇ ਨਹੀਂ ਲੱਗੇ। ਹਾਂ ਬਈ ਗੁਰੂ ਦੇ ਦਰ ਤੇ ਨਿਸ਼ਕਾਮਤਾ ਦੇ ਨਾਲ ਸੇਵਾ ਕਰ, ਕਿਹੜੀ ਵਸਤੂ ਹੈ ਜੋ ਗੁਰੂ ਤੇਰੇ ਕੋਲੋਂ ਲੁਕੋ ਕੇ ਰੱਖ ਲਏਗਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ, ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਉਹ ਗੁਰੂ ਦੇ ਦਰ ਤੇ ਨਿਸ਼ਕਾਮਤਾ ਦੇ ਨਾਲ ਕਰ ਸੇਵਾ, ਇਸ ਲੋਕ ਦੇ ਸੁਖ ਵੀ ਪ੍ਰਭੂ ਤੇਰੀ ਝੋਲੀ ਵਿੱਚ ਪਾਵੇਗਾ ਤੇ ਪਰਲੋਕ ਵਿੱਚ ਵੀ ਤੇਰੀ ਬਾਂਹ ਫੜੇਗਾ, ਤੇਰੀ ਸਹਾਇਤਾ ਕਰੇਗਾ। ਇਸ ਲਈ ਕਬੀਰ ਜੀ ਕਹਿੰਦੇ ਨੇ, ਲੋਕ ਬੇਸ਼ੱਕ ਮੈਨੂੰ ਬੋਰਾਨਾ ਕਹੀ ਜਾਣ, ਕਿਉਂਕਿ ਮੈਂ ਤਾਂ ਬੋਰਾ ਉਹਨੂੰ ਸਮਝਦਾ ਹਾਂ ਕਿ 100 ਬੋਰਾ ਜੋ ਆਪ ਨਾ ਪਛਾਣੇ। ਬੋਰਾ ਤਾਂ ਅਸਲੀ ਉਹ ਹੈ ਜਿਸਨੇ ਆਪੇ ਨੂੰ ਨਹੀਂ ਪਛਾਣਿਆ, ਬਈ ਮੈਂ ਸੰਸਾਰ ਵਿੱਚ ਕੀ ਕਰਨ ਆਇਆ ਤੇ ਕੀ ਕਰ ਰਿਹਾ। ਬੋਰਾ ਤਾਂ ਉਹ ਹੈ ਜਿਹਨੂੰ ਸਵਾਸਾਂ ਦੀ ਕੀਮਤ ਦਾ ਪਤਾ ਨਹੀਂ ਕਿ ਕਿਤਨੇ ਅਮੋਲਕ ਹੀਰੇ ਲਾਲਾਂ ਤੋਂ ਵੀ ਮਹਿੰਗੇ ਮੇਰੇ ਸਵਾਸ ਵਿਅਰਥ ਜਾ ਰਹੇ ਹਨ ਬਿਨਾਂ ਜਪਣ ਦੇ।
असली बोराने ता ओ हन जिन्हां नूं मौत चेते नहीं है, जिन्हां नूं परमेश्वर चेते नहीं है। इसलिए महाराज कबीर जी कहंदे न, सो बोरा जो आप ना पछाने, आप पछाने सो एक है जाने। जिन्हां ने आपे नूं पहचाने है ओ फिर उन्हां दा जीवन है, एको जप एको सलाहे, एक सिमर एको मन आहे, एक सके गुण गाओ अनंत, मन तन जाप एक भगवंत। उस भगवंत दा नाम जपते हन। ते आखर विच कबीर जी ने बड़ा सुंदर दृष्टांत दिता है, ओ मनुख अबे ना माता सो कबू ना माता। जे तू मनुचा जन्म प्राप्त करके नाम सिमरन नाल नहीं जुड़िया, सेवा नहीं कीती, ता फिर ए अवसर तैनू कदी मिलन वाला नहीं है, याद रखी। इसलिए अबे ना माता सो कबू ना माता, कह कबीर रामे रंग राता। ए कबीर ता रब दे रंग विच बोराना होया होया। लोग कहे कबीर बोराना, कबीर का मर्म राम पहचान। कबीर बोलाना, कबीर का मर्म राम पहचाना, कबीर का मर्म राम पहचाना। ये सच दी भक्ति है। अपने माता पिता दी सेवा, सतपुरशां दी सेवा, संसार दी सेवा, ते फिर गुरु भी खुश होंदा है। रे रे दरगह कहे ना को, आओ बैठ आदर सब दे। कई वेरा वेखण विच आउंदा है माता पिता कलप रहे हन, घर भुखे बैठे हन, ते मनुख पखंडियां दे मगर लग के ते उन्हां नूं लुटाई जा रहे। माता पिता घर भुखे बैठे। बाबा नंद सिंह जी महाराज दे समय शेरपुरा जिथे बाबा जी का जन्म स्थान है, उथों का एक चंदन सिंह आया। बाबा जी अगे आके बेनती की, महाराज भाई मैं लई है ते दुध नहीं दे रही, कई दिन हो गए हैं, ते मैं ते गरीब आदमी हाँ, इतनी समर्था भी नहीं रखता, मौलवियों कोलों पेड़े भी सर कराए हैं, होर कई तवीत गल विच पाए हन, बड़े जतन कीते हन, ते आप तां साडे पिंड विच जन्म लिया आपने, ते इतना भी तुसी मेरा काम नहीं कर सकते, कृपा करो मैं दुध देन लग जावे। तां बाबा नंद सिंह जी महाराज कहन लगे, तेरे माता पिता है न चिन्हना? कहन लगा जी पिता जी तां गुजर गए हन, माता है। कहन लगे कदे उनू भी दुध पिलाया? अके जी मेरी घरवाली बड़ी कुपत्ती है, वो तो पानी नहीं पिया के राजी, तुसी दुध कह रहे हो। तां महापुरख कहन लगे चन्नना जा, माइया नूं दुध ते पुत बड़ा प्यारा हुंदा है, ते जे दुध पीना है तां उनू कहीं भाई पहला माता नूं दुध पिवा, मां दा रिदा प्रसन्न होवेगा, आशीष निकलेगी उसके मुख विचों, ते सारे ही सुखां दे मुख तुहाडे वल हो जाणगे। प्यारी साध संगत उसने बचन मन के अपनी घरवाली नूं आख्या। कहन लगी लै केड़ी गल है, जे एक गिलास माता जी दुध दा पी लैन ते सानू बाल्टा भरिया होया दुध दा रोज मिल जाए, होर की चाहिए। ते जदों दुध लैके गई ना माता जी, दुध पी लो, मां दे नेत्र क्योंकि बड़ी बुढ़ी सी, नजर कुछ आउंदा नहीं सी, वो रो पई। कहन लगी मेरे नाल टिचरा ना कर, मखौल ना कर। नहीं माता मैं मखौल नहीं कर रही, चरण पकड़ दे, बाबा जी दी मेहर होई है, उन्होंने तेरी सेवा दसी है। प्यारी साध संगत जदों मां नूं दुध पियाया उदी आंदर थर गई, आशीष निकली, ते जदों मैं दे तले जाके दुध चोण लगे, मैंने बाल्टा भर दिता। तो इसलिए भाई असल जो दात है ओ है सच दी भगती, माता पिता दी सेवा, देश कौम दी सेवा, गुरु दी सेवा। ए पखंड दी निंदिया महाराज ने इस तरह कीती है। माथे तिलक हथ माला पाना,
जय गुरु जी की। अब हम मंत्र जाप करेंगे।
जय गुरु जी की। Take care.